ਅਸਲਾਮ ਵਾਲੇਕੁਮ ਸੁਣੇ ਕੌਣ ਮੈਂ ਸਕੂਲ ਛੱਡ ਸੜੀ ਪੜ੍ਹਨੀ ਹੈ ਮੇਰਾ ਆਈਏ ਤੇ ਨਹੀਂ ਆਉਂਦੇ ਨੇ ਕਿ ਅਜੇ ਮੈਨੂੰ ਪਤਾ ਨਹੀਂ 6 ਮਹੀਨੇ ਨਹੀਂ ਹੋਏ 7 ਮਹੀਨੇ ਹੋਏ ਨੇ ਸ਼ਕੀਲਾ ਨੇ ਆ ਸ਼ਕੀਲਾ ਦੀ ਸ਼ਾਦੀ ਤੇ ਆਈ ਜੀ ਯਾਰ ਇਹ 5 ਮਹੀਨੇ ਵਿੱਚ ਗਈ ਜੀ ਪਿਛਲੇ ਸਾਲ ਠੀਕ ਹੈ ਨਾ ਦੂਰੇ ਆ ਸਾ ਚੱਲ ਜਾਂਦਾ ਤੇ ਸਿਰਫ ਬੋਲ ਕੇ ਆ ਕਿ ਤਾਂ ਕੀ ਕੋਲ ਗਈ ਹੈ ਉਹਨੂੰ ਮਿਲ ਕੇ ਆਇਆ ਅੱਛਾ ਹੁਣ ਕਰ ਰਹੇ ਸੁੱਤਾ ਪਿਆ ਉੱਠ ਜਾਣ ਪਛਾਣ ਵੀ ਆਈ ਕੋ ਨਹੀਂ ਅ ਚੌਧਰੀ ਉੱਠ ਹਨੇਰਾ ਯਾਰ ਉੱਧਰ ਬੱਤੀ ਬਾਲ ਲੈ ਜਾਂਦਾ ਹਾਂ ਨਾ ਬਹਿਣਾ ਹੋਰ ਸੁਣਾ ਤੇ ਗਿਆ ਨੂੰ ਗੱਡੀ ਤੇ ਅੱਛਾ ਬੜਾ ਮੋਟਾ ਹੋ ਗਿਆ ਯਾਰ ਵੇਖ ਲੈ ਫਿਰ ਸਾਡੀ ਸਿਹਤ ਵੀ ਤੂੰ ਵੇਖਦਾ ਯਾਰ ਅਸੀਂ ਵੀ ਤਾਂ ਟੈਨਸ਼ਨ ਕੋਈ ਨਹੀਂ ਹੋਰ ਸਭ ਕਿਉਂ ਹੈ ਤੇਰਾ ਮੋਟਰਸਾਈਕਲ ਤੇਰਾ ਚਮੁੱਟ ਗਏ ਨੇ ਉਹ ਨਹੀਂ ਮਾਨਾ ਓਏ ਇੱਕ ਵਾਰੀ ਤੁਸੀਂ ਆਇਆ ਸੀ ਨਾ ਇੱਥੇ ਬਿਮਾਰ ਹੋ ਗਿਆ ਪਿੱਛੇ ਹਾਂ ਹੁਣ ਤੱਕ ਬੋ
ਤੱਕ ਉਧਰ ਹਾਂ ਹਾਂ ਹੀ ਹੀ ਸਟਾਪ ਕੰਮ ਸ਼ਾਮ ਲੱਗੇ ਹੋ ਕਿਹੜਾ ਕੰਮ ਇੰਟਰਵਿਊ ਹੋਣ ਹੋਇਆ ਹੈ ਇੰਟਰਵਿਊ ਤੁਸੀਂ ਪੇਪਰ ਦੇ ਸਰ ਦਿੰਨੇ ਬਈ ਅੱਛਾ ਗੁੱਡ ਉਹ ਮਾਰੇ ਉਹ ਨਿਕਲ ਤੇ ਨਵਾਂ ਜਿਹਾ ਬਣਾਇਆ ਜੇ ਜੰਗਲਾ ਗਿਆ ਗ੍ਰਿਲ ਉਸ ਦਵਾਲ ਦੇ ਨੇ ਗਿਆ ਕਜ਼ਨ ਤੇ ਛੋਟੀ ਭੈਣ ਮਾਸੀ ਦੇ ਮੁੰਡੇ ਮਾਸੀ ਕਰੀ ਆਂਟੀ ਕੀ ਦਾਦਾ ਨੇ ਹਾਂ ਇਹ ਮੁੰਡੇ ਮੇਰੇ ਹਾਲੀ ਇੱਥੇ ਆ ਬਹਿ ਜਾ ਯਾਰ ਇਹ ਬਹਿਣਾ ਨਾ ਨਾ ਖੋਲੀ ਆ ਜਾ ਸਮਝਿਆ ਕਰੋ ਵੀ ਇਹ ਆਈ ਨਹੀਂ ਇੱਥੇ ਤੁਸੀਂ ਸਮਝਿਆ ਕਰੋ ਮੈਂ ਨਾ ਗੱਲ ਕਰ ਤੁਸੀਂ ਸਮਝ ਆਈ ਨਹੀਂ ਇੱਥੇ ਵਧੀਆ
ਦਾਦਾ ਪੂਰੇ ਦਾਦੇ ਦਾਦੀਆਂ ਪੂਰੇ ਭਰਾ ਫਿਰ ਅੱਛਾ ਇਹ ਰਸਮ ਦੱਸੋ ਰਸਮ ਸੈਨ ਮੁੰਡੇ ਨੇ ਤਰਵੀਨ ਦੀ ਅੱਛਾ ਨਾਲੇ ਮੱਖੀ ਛੱਤੀ ਅੱਗੇ ਸੜ ਦੇਈਏ ਹੁਣ ਅੱਗੂ ਜਾਣਾ ਬਹੁਤ ਹੀ ਗਰਮੀ ਬਹੁਤ ਹੀ ਗਰਮੀ ਮੁਸ਼ਕਲ ਤੇ ਅੜ ਕੋ ਰਹਿਣਾ ਗਰਮੀ ਕਾ ਗਰਮੀ ਚੜ ਕੇ ਤੁਸੀਂ ਵੀ ਆਏ ਨਾ ਅਸੀਂ ਵੀ ਆਏ ਨਾ ਤਾਂ ਵਾਸਤੇ ਕਿਉਂਕਿ ਤੁਹਾਨੂੰ ਜ਼ਿਆਦਾ ਲੱਗੇ ਜੀ ਤੇ ਨਾਲੇ ਬਿਜਲੀ ਲੈ ਜਾਂਦੇ ਨੇ ਨਾ ਹਾਂ ਬਿਜਲੀ ਤਾਂ ਬਿਜਲੀ ਦਾ ਬਹੁਤਾ ਮਸਲਾ ਨਹੀਂ ਕਿ ਜਦੋਂ ਬੰਦਾ ਲਾ ਦੇ ਬੰਦਾ ਗੁਜ਼ਾਰਾ ਕਰ ਗਿਆ ਹਾਂ ਫਕਰ ਸਖਾ ਹੋ ਚਾਰ ਚਾਰ ਪੰਜ ਪੰਜ ਘੰਟੇ ਬਿਜਲੀ ਆ ਗਈ ਸਭ ਤੋਂ ਦੁਨੀਆ ਦੀ 2 ਘੰਟੇ ਹੁੰਦੀ ਬੜਾ ਦੋ ਛੁੱਟੀਆਂ ਹੁੰਦੀਆਂ ਸੀ ਇੱਕ ਪੇਪਰ ਹੁੰਦਾ ਸੀ ਕੱਲ੍ਹ ਦਿੱਤਾ ਸੀ ਅੱਜ ਅਸੀਂ ਆਪੋ ਮੈਂ ਹੁਣ ਜਦੋਂ ਗਈ ਬ੍ਰੈਡਪੁਰ ਮੈਂ ਵੀ ਗਈ ਉਹਨਾਂ ਦੇ ਪਾਸ ਵੱਡੀਆਂ ਵੱਡੀਆਂ ਹੋਈਆਂ ਜੇ ਨਿੱਕੀਆਂ ਵੱਡੀਆਂ ਹੋਈਆਂ ਨੇ ਗੱਲ ਕਰਦੀ ਆ ਫੋਨ 'ਚ ਫੋਨ ਲੈ ਲੈਣੀ ਸਿਆਣੀਆਂ ਹੋਈਆਂ ਨੇ ਘੰਟਾ ਘੰਟਾ ਫੋਨ 'ਚ ਜਾਣ ਨਹੀਂ ਛੱਡਦੀ ਆ ਅਸੀਂ ਗਏ ਤੇ ਆਂਦੀਆਂ ਬਸ ਹੁਣ ਮੈਂ ਸਾਰੀ ਸਫਾਈ ਸਫੂਈ ਕਰਕੇ ਬਹਿ ਗਈ ਹੁਣ ਆਰਾਮ ਕਰ ਪੇਂਟ ਮਾਰ ਦੇਣੇ ਪਏ ਬਾਬਾ ਜਾਣਾ ਪੇਂਟ ਮਾਰ ਘਰ ਬੜਾ ਸਹੀ ਨੇ ਹੁਣ ਸਾਰਾ ਜਾਣਾ ਨੇ ਬੱਚਿਆਂ ਦੇ ਇੱਧਰ ਬਣ ਗਏ ਚਲੋ ਸਹੀ ਹੈ ਦੋ ਮੁਲਕ ਤੱਕ ਲੈਸੇ ਰਵੀਨਾ ਸਾਡੀ ਵੀ ਗਈ ਜਿਹੜਾ ਆਲੀਆ ਓਪਨ ਸੋਚਦੇ ਵੀ ਆ ਕਸਮ ਨਾਲ ਸ਼ੁਰੂ ਹੋ ਗਈ ਸ਼ੁਰੂ ਹੋ ਗਈ ਹੁਣ ਕਸਮ ਆਪਣੀ ਜਿਹੜੀ ਤੁਹਾਨੂੰ ਪਤਾ ਇਤਨੇ ਕੰਮ ਨੇ ਇੱਕ ਬੰਦਾ ਐਕਸਟਰਾ ਹੀ ਫਰਹਾਨ ਬੜਾ ਨੋਟ ਕਸਮ ਕੌਣ ਮਾਰਦਾ ਫਿਰ ਫੈਦੀ ਅਲੀ ਫੈਦੀ ਅਲੀ ਗੋ ਕੇ ਮਾਫਸਲ ਕਾਲਾ ਦੇ ਉਹ ਕੀ ਕਰਨੀ ਜੇ ਚਲੋ ਸਾਰਿਆਂ ਨੂੰ ਨਾਲ ਸਲਾਮ ਦਿਓ ਕਿਨੂੰ ਕਿਨੂੰ ਸਾਰਿਆਂ ਨੂੰ ਭਾਈ ਯੂਸਫ ਨੂੰ ਸੁਨੈਨਾ ਨੂੰ ਸਿਮਰਾਂ ਨੂੰ ਸਾਨੀਆਂ ਨੂੰ ਭਾਈ ਨਵੀਦਾ ਨੂੰ
ਸਾਰਿਆਂ ਨੂੰ ਪਾਪੇ ਨੂੰ ਠੀਕ ਹੈ ਬਾਈ ਹੈ ਅੱਛਾ ਜੀ ਮਿਹਰਬਾਨੀ ਚੱਲ ਸਹੀ ਚਲੋ ਤੇਰੇ ਨਾਲ ਮੇਰੀ ਗੱਲ ਗੱਲ ਹੀ ਹੈ ਤੇਰੀ ਮੇਰੀ ਫੜਨੀ ਨਾ ਨਾ ਹਮ ਜੇ ਨਾਲ ਇਸ ਕੋਲ ਫੜਨਾ ਵੀ ਸਹੀ ਤੁਹਾਨੂੰ ਦੱਸ ਰਿਹਾ ਮੈਂ ਬਾਹਰ ਨਿਕਲ ਜਾਣਾ ਸਾਡਾ ਛੱਡ ਚਲਿਓ ਤੁਸੀਂ ਠੀਕ ਹੈ ਅਸੀਂ ਨਾਲ ਕੋਲ ਹੀ ਜਿਹਨੂੰ ਫੜਨਾ ਹੈ ਜੇ ਸਾਡੀ ਕੁੜੀ ਨੂੰ ਰੋਣ ਨੂੰ ਸਮਝ ਅਸੀਂ ਨਹੀਂ ਤੁਹਾਨੂੰ ਫੜਨਾ ਸਹੀ ਸਹੀ ਦੱਸ ਆ ਜਾ ਆ ਜਾ
ਦਰਾਜੀ ਤੂੰ ਮੇਰੇ ਕੋਲ ਅਸੀਂ ਹੁਣ ਕਾਰ ਚ ਭਾਲ ਕੇ ਨਹੀਂ ਉੱਠਣਾ ਠੀਕ ਹੈ ਅੱਜ ਚੱਲ ਲੈ ਚਲਾਂਗੇ ਕੱਲ੍ਹ ਹੁਣ ਕਾਰ ਤੋੜ ਕੇ ਅਸੀਂ ਰੱਖਣਾ ਉਹਨੂੰ ਚੱਲ ਬਾਹਰ ਫਿਰ ਮਿਲੇ ਨੇ ਆ ਤੂੰ ਪੰਗਿਆਲੀ 'ਚ ਜਾਣਾ ਜ਼ਰਾ ਤੇ ਫਿਰ ਚਲੋ ਵਾਪਸੀ ਤਾਂ ਕਰ ਲਈਏ ਬਸ ਫਿਰ ਆ ਚਲੋ ਠੀਕ ਹੈ ਹੁਣ ਜਿਹੜਾ ਨਾ ਚਲੋ ਅੱਜ ਸ਼ਾਇਦ ਨਾ ਵੀ ਦੁਬਾਰਾ ਫਿਰ ਕੱਲ੍ਹ ਜੇ ਪਰਸੋਂ ਜਾਂ ਫਿਰ ਕਿਸੇ ਵੇਲੇ ਚੱਕਰ ਲਾ ਅੱਛਾ ਨਹੀਂ ਅਸੀਂ ਪੰਗਿਆਲਾ ਫਿਰ ਸਾਡਾ ਟਾਈਮ ਲੱਗ ਜਾਣਾ ਪੰਗਿਆਲੀ ਸਵਾਦ ਮੈਂ ਕਹਿੰਦਾ ਚਲੋ ਫਿਰ ਕਿਸੇ ਵੇਲੇ ਲੱਗ ਬਸ ਇਹ ਪਤਾ ਕਰਨਾ ਗੱਡੀ ਆ ਜੀ ਟੈਕਸੀ ਟੈਕਸੀ ਹੈ ਤੇਰੇ ਯਾਰ ਆ ਜੇ ਅੰਦਰ ਜ਼ੈਨਬ ਇਸਕਾ ਨਾਮ ਕਿਆ ਹੈ ਬਾਸਤ ਬਾਸਤ ਤਾਂ ਹੈ ਚਲੋ ਬੱਚੋ ਚਲੋ ਵਾਹ ਵਾਹ ਚੁੱਪ ਹੈਂ
ਤੇ ਛੱਡ ਕੇ ਖਾ ਲਿਆ ਗਿਆ ਫਰੀ ਰਾਮ ਨਾਮ ਆ ਜਾਓ ਆ ਜਾਓ ਓਏ ਆਓ ਜਬਰਦਸਤ ਹਾਊਸ ਹਾਂ ਠੀਕ ਹੈ ਦੋ ਤਿੰਨ ਦਾ ਖਾਣਾ ਹੀ ਮਰੂਦ ਕੀ ਨਾਮ ਤੇਰਾ ਸ਼ਵੇਦ ਕਿਹੜੀ ਕਲਾਸ ਮਨੂ ਦੇ ਨਾ ਗੱਡੀ ਨੂੰ ਕੀ ਖਵਾਲਦਾ ਪਿਆ ਤੇ ਉਹ ਕੀ ਖਾਂਦਾ ਤੇ ਬੇਬੀ ਕੀ ਖਾ ਰਹੇ ਮਾਮ ਨੂੰ ਵੀ ਸੁਲਾ ਮਾਰਨਾ ਮਾਮ ਨੂੰ ਕਿਹਾ ਤੂੰ ਨੀ ਖਾਣੇ ਬੇਬੀ ਦਾ ਨਾਂ ਪੁੱਛ ਕੇ ਹੈ ਬੇਬੀ ਦਾ ਨਾਂ ਪੁੱਛ ਇਹਦਾ ਰਿਸ਼ਤੇ ਕੀ ਲੱਗਾ ਚਾਚਾ ਮਾਮਾ ਚਾਚਾ ਵੀ ਤਾਂ ਮਾਮਾ ਬਾਂਦਰ ਤੇਰਾ ਲੱਗਦਾ ਉਹ ਨਾਨੀ ਕੋਲ ਚੱਲ ਉੱਥੇ ਨਾਨੀਆਂ ਕੋਲ ਬੈਠ ਚੱਲ ਕੇ ਉੱਥੇ ਚੱਲ ਨਾਨੀਆਂ ਕੋਲ ਬਹਿ ਚੱਲ ਕੇ ਦੈਨ ਚੱਲ ਉੱਥੇ ਬੈਠ ਡੈਡ ਨੂੰ ਚੱਲ ਕੇ ਦਿਖਾਉਣਾ ਡੈਡ ਆ ਗੰਦਾ ਸ਼ਿਟ ਚੱਲਣਾ ਫਿਰ ਇਮਰਾਨ ਆ ਰਹੀ ਇਮਰਾਨ ਚਲੋ ਉੱਥੇ ਬਹਿ ਚੱਲ ਕੇ ਮਾਮ ਕੋਲ ਬੜੀ ਨਾਈਸ ਕੋਠੀ ਹੈ ਬਾਜੀ ਪਿੱਛੇ ਵਾਲੀ ਓਏ ਓਏ ਦਿਲ ਕਰਦਾ ਵੇਖਣ ਜਦ ਕਰਨਾ ਮਾਹਦੀ ਵਾਜਾ ਨਾ ਵੇਚ ਹਾਂ
ਡੈਡੀ ਨਾ ਰਹਿ ਤੂੰ ਨਾ ਨਾ ਜਾ ਕੇ ਡੈਡੀ ਕੋ ਮੈਂ ਤਾਂ ਬ੍ਰਾਂਡ ਤੇ ਬਾਹਰ ਦੇ ਰਹਿ ਨਾ ਦਾ ਕੇ ਫਾਇਦਾ ਨਾ ਰਾਜ ਕੋ ਕੀ ਮੈਂ ਗੱਲ ਤੂੰ ਕਾ ਮਿਲਦੀ ਨਹੀਂ ਮੈਂ ਅਗਲਾ ਵੀ ਸਾਡੇ ਸੋ ਦੇ ਇੱਕ ਮਰ ਲਾਈਫ ਮਿਲ ਨਾ ਸਕਦਾ ਹਾਂ ਇਹ ਤਾਂ ਐਸੇ ਰੇਟ ਦੋ ਦੀ ਦਿੰਦੇ ਹੈ ਕਿੰਨੇ ਦੀ ਆ ਰਹੀ ਰੇਟ ਦੋ ਦੋ ਸੰਭਾਲ ਨਾ ਸੁਣਿਆ 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 पापड़ ना खाई तेरी तस्वीर बन रही है ना खाई ना खाई उधर तक ना के ना आई ना दस कि मुड़ा तू कि है के ना आई अबे का है ना दस ना अबे का पापा का नाम बताओ क्या बेटी बेटे हरी तो सुन मुन हो गए किन्ने साल का हो साल ਸਮਰੇ ਤੂੰ ਦੱਸ ਤੇਰੀ ਮਨ ਤੂੰ ਪਤਾ ਹੀ ਕੋਈ ਤੂੰ ਦੱਸ ਦੱਸ ਨਾ ਨਵੰਬਰ ਚ ਹੋਣਾ ਹੈ ਅਲੀਆ ਨਾ ਕਰ ਅਲੋ ਕੇ ਚੱਲ ਜਾ ਬਿੱਲੀ ਦੇ ਕੋਲ ਬਿੱਲੀ ਕਿੱਥੇ ਸ਼ੁਰੂ ਕੀਤਾ ਲੋਕ ਹੁਣ ਦਿੰਦੇ ਨੀ ਬੰਦਾ ਉਹ ਕੀ ਕਰਨ ਆਪਣੀ ਬੇਗਮ ਦੀ ਬਣਾ ਅੱਗੇ ਦੇਖੀ ਮੇਰੀ ਬੜੀ ਬਣੀ
ਨਹੀਂ ਪਤਾ ਕਿ ਮੈਂ ਨਹੀਂ ਸਾਰਿਆਂ ਨੇ ਬਣਾਉਣ ਵਾਲਾ ਬੰਦਾ ਮਿਕਸ ਹੈ ਨਾ ਸੋਹਣੇ ਲੱਗਦੇ ਬੰਦਾ ਤੱਕਦਾ ਰਹਿੰਦਾ ਕਿ ਯਾਦ ਹੁੰਦੇ ਨੇ ਬੰਦੇ ਸਹੀ ਗੱਲ ਸਾਨੂੰ ਕਿੰਨਾ ਯਾਦ ਕਰਨਾ ਤੈਨੂੰ ਤਾਂ ਕੰਨੇ ਵਾਲੇ ਨਾਲ ਜਾਣਾ ਤੁਸੀਂ ਦੱਸ ਕੇ ਦੱਸਿਆ ਨੇ ਮੂੰਹ ਧੋ ਲਈਏ ਨਾ ਚਲੋ ਫਿਰ ਧੋਵੋ ਨੇ ਠੀਕ ਹੈ ਸੋਹਣੇ ਅੱਛਾ ਚਲੋ ਹਾਂ ਮੈਂ ਬਾਬੀ ਹਾਂ ਸੁਣਾਓ ਬਾਬਾ ਜੀ ਕੋਈ ਗੱਲ ਬਾਤ ਹੋਰ ਸਭ ਖੈਰ ਸਲਾਮ ਅੱਛਾ ਬੜੀ ਉਹਨਾਂ ਦੀ ਬਣਾ ਬਣਾ ਕੇ ਸੀਟੀਆਂ ਵੀ ਬਣਾ ਦਿੱਤੀਆਂ ਇਹ ਜਾ ਕੇ ਇਹ ਫਿਲਮ ਦਾ ਅਖੀਰ ਹੈ ਨਾ ਹੁਣ ਜਿਸ ਟਾਈਮ ਪੂਰੀ ਹੋ ਜਾਣੀ ਹੈ ਅਖੀਰ ਨਹੀਂ ਹਾਲੀ ਸਦਵਾਲੀਆਂ ਹਾਲ ਚੱਕਰ ਲਾਣੇ ਗੇ ਹਾਲੀ ਉਹਨਾਂ ਦੇ ਘਰ ਕੋ ਨਹੀਂ ਗਏ ਬਾਹਰੋਂ ਬਾਹਰ ਹੀ ਆ ਗਏ ਬਸ 10-15 ਮਿੰਟ ਬੈਠੇ ਆ ਪਾਣੀ ਛਾਣੀ ਪੀ ਕੇ ਜਿਸ ਤਰ੍ਹਾਂ ਇਹਨਾਂ ਦੇ ਘਰ ਆਏ ਹਾਂ ਜੀ ਅੱਜ ਰਵਾਂਗੇ ਅੱਜ ਉਹਨਾਂ ਨੂੰ ਰਾਤ ਦੀ ਰੋਟੀ ਦਾ ਆਖ ਆਏ ਉਹਨਾਂ ਨੂੰ ਰਾਤ ਦੀ ਰੋਟੀ ਆਖ ਆਇਆ ਸਦਵਾਲ ਦਾ ਲੈਣ ਕਿ ਅੱਜ ਰਾਤੀ ਤੁਹਾਡੇ ਕੋਲ ਆਵਾਂਗੇ ਆ ਕੋਈ ਚਾਚੂ ਸ਼ਾਚੂ ਨਾਲ ਕੋਈ ਗੱਲ ਸ਼ੱਲ ਕਰਨਾ ਇਹ ਬੇਬੀ ਹਾਏ ਬੇਬੀ ਨਾਨਾ ਕਿੱਧਰ ਗਿਆ ਜੀ ਤੁਰ ਗਿਆ ਗੱਡੀ ਲੈ ਕੇ ਸਲਾਮ ਸਲੂਮ ਦੇ ਨਾਲ ਮਾਮਾ ਜੀ ਗੰਦਾ ਬੇਟਾ ਕਿੱਧਰ ਹੈ ਇੰਜ ਬੰਦੀ ਰਹਿੰਦੀ ਹੈ ਗੰਦਾ ਬੇਟਾ ਕਿੱਧਰ ਹੈ ਹਾਂ ਰਿਕਾਰਡ ਹੋ ਗਿਆ ਇੱਕ ਸਾਈਡ ਦਾ ਬਲੈਕ ਬਲੈਕ ਆ ਰਹੀ ਸੀ ਚੇਤ ਜਾ ਆ ਹਸਨਾ ਅਲੀ ਬਹਿ ਜਾ ਤੂੰ ਹੁਣ ਸਹੀ ਅਲੀ ਸੋ ਜਾ ਨਾਲ ਬੇਬੀ ਵਾਲ ਅਲੀ ਵਾਲ ਪਿੱਛੇ ਦਾ
ਕੀ ਹੈ? ਹੁਣ ਕਿ ਦੁਆ ਵੇ ਹੁਣ ਕੱਲ ਆ ਰਸ ਕਪੜੇ ਜੀ ਦੇ ਫਰ ਲਾਇ ਦੀ ਭਾਰੀ ਆ ਨਿਕਲ ਇਹ ਨਹੀਂ ਮੈਂ ਬੜ ਇਹ ਨਹੀਂ ਮੇਰਾ ਮਰਾ ਉਹ ਨਾ ਚਲੋ ਉਹ ਝੂਟੇ ਲੈ ਲੈਣਾ ਫਿਰ ਤੂੰ ਲੈ ਲੈ ਠੀਕ ਹੈ ਸਾ ਕਾ ਵੇ ਤਾਂ ਨਹੀਂ ਮੈਂ ਮੰਮੀ ਆ ਕੋਈ ਇੱਧਰ ਕਿ ਤਾਂ ਦੇਰ ਰਹਿ ਨਹੀਂ ਦੇ ਗੁਜਰਾਤ ਗੁਜਰਾਤ ਜਾਣਾ ਪਤਾ ਨਹੀਂ ਆ ਬਾਬਾ ਮਾਮੂ ਤਾਰਕ ਨੀ ਬਾਬਾ ਦਾਦਾ ਬਸ ਦੋ ਦੂਸਰਾ ਬਾਹਰ ਖੇਡਣ ਲੱਗਿਆ ਨਾ ਨਾਈਸ ਨੀ ਵੀ ਬੱਚੇ ਸਾਰੇ ਹੀ ਇੱਥੇ ਛਾਂ ਤੇ ਖਿਲਾ ਉਹ ਗੁਲਾਬ ਦੇ ਫੁੱਲ ਕੋ ਆ ਜਾ ਦੌੜ ਕੇ ਆਓ ਸਾਰੇ ਇਕੱਠੇ ਜਾਓ ਨਾ ਸਕੂਟਰ ਕਿਦਾ ਇੱਧਰ ਆਓ ਭੱਜਦੇ ਉਹ ਫੁੱਲ ਨੂੰ ਹੱਥ ਲਾਓ ਸਾਰੇ ਫੁੱਲ ਦੇ ਆਲੇ ਦੁਆਲੇ ਬਹਿ ਜਾਓ ਸਾਰੇ ਸਾਰੇ ਇਕੱਠੇ ਹੋ ਕੇ ਬਹਿ ਜਾਓ ਨਾ ਤਰੋੜਨਾ ਨਹੀਂ ਫੁੱਲ ਰੱਖਦੇ ਉੱਥੇ ਆਏ ਛਿੱਟ ਫੁੱਲ ਤੇ ਨਹੀਂ ਨਾ ਤਰੋੜੇ ਜਾ ਚਲੋ ਇੱਥੇ ਘਾਹ ਤੇ ਆਓ ਸਾਰੇ ਨਹੀਂ ਨਹੀਂ ਇੱਧਰ ਆ ਜਾ ਓਏ ਨਾ ਤਰੋੜ ਫੁੱਲ ਬੱਤ ਫੁੱਲ ਨਾ ਤਰੋੜੇ ਹੁਣ ਬਸ ਤਰੋ ਸਾਰਿਆਂ ਨੇ ਫੁੱਲ ਤਰੋੜ ਲਏ ਇਹ ਕਿਉਂ ਤਰੋੜੇ ਜੇ ਨਾ ਤਰੋੜਿਆ ਕਰੋ ਯਾਰ ਫੁੱਲ
ਮਰਨਗੇ ਜੀ। ਚਲੋ ਇੱਥੇ ਸਾਰੇ ਆ ਕੇ ਲੇਟੋ, ਘਾਹ 'ਤੇ ਆ ਜਾਓ। ਚਲੋ ਦੌੜ ਕੇ ਅੱਛਾ ਛਾਲਾ ਮਾਰੋ, ਸਾਰੇ ਖੇਡੋ। ਅਲੀ ਤੂੰ ਕਿੱਥੇ ਫਿਰਨੀ ਆ ਭਾਈ? ਅਲੀ ਉਹ ਡਿੱਗ ਗਈ, ਡਿੱਗ ਗਈ। ਮੰਮੀ ਦੱਸ ਮੰਮੀ, 1 2 3 ਉਹ ਗੇਟ ਨੂੰ ਹੱਥ ਕਿਹੜਾ ਲਾ ਕੇ ਆਉਂਦਾ ਪਹਿਲਾਂ? ਉਹ ਗੇਟ ਨੂੰ ਨਹੀਂ, ਉਹ ਚਿੱਟੇ ਨੂੰ। ਮੈਨੂੰ ਥਕਾ ਦਿੰਦਾ ਰਾਜ। ਆ ਜਾ ਮੰਕੀ ਪਿੱਛੇ ਆ ਜਾ ਤੂੰ। ਦੌੜ ਕੇ ਆ, ਦੌੜੀ ਜਾਓ ਸਿੱਧੇ 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 ਸਿੱਧੇ। ਚੱਲ ਤੂੰ ਆ ਜਾ ਡੈਡ ਆ। ਅਲੀ ਬਾਬੇ ਦਾ ਸੋਟਾ ਬਾਬਾ, ਸੋਟੀ ਨਾ ਮਾਰੋ ਸਿਰ, ਬਾਬੇ ਨੂੰ ਸੋਟੀ ਦੇ। ਸਾਰਿਆਂ ਦੇ
فرینده یال آلیانده بچائی اکھا فرحان پیچھے کھلو جو چلو گھومو سارے گول تارا پا گڑیا پگڑی گڑیا ڈینس پیچھے لا فری بہ جا پاکستان باہر لے چل سونا بیبی تکدی ہے نا آلی ڈور کھول سٹ بچے ڈک سٹے سارے بچے ڈک پتی پانی دے ماموں اپیل
ਬੰਦ ਕਰ ਬੈਂਕ ਪੰਜ ਰੱਖ ਲੈ ਤੂੰ ਫੋਨ ਕਰ ਬਸ ਜਾਣਾ ਚਾਹੁੰਦਾ ਕਿ ਮੈਂ ਤੇਰਾ ਮੋਬਾਈਲ ਬਾਹਰ ਬੰਦ ਕਰਨਾ ਨਾ ਬਣਾਉਣ ਚੱਲ ਉੱਧਰ ਚੱਲ ਉਹਨਾਂ ਦੇ ਅੰਦਰ ਚੱਲ ਏ ਪਾਪਾ ਕਿੱਧਰ ਗਿਆ ਨਾਈਸ ਬੇਬੀ ਸਮਾਨ ਤੇ ਕੋਈ ਆਇਆ ਜੇ ਭਾਈ ਅਜ਼ੀਜ਼ ਹਰੀ ਛੁੱਟੀ ਕਿੱਧਰ ਗਏ ਚਲੋ ਅਸੀਂ ਵੀ ਆਉਂਦੇ ਹਾਂ ਪਤਾ ਉੱਥੋਂ ਮਸਜਿਦ ਦਾ ਨਜ਼ਾਰਾ ਕਰ ਰਹੀ ਹੀਰੋ ਹੈ ਸੈਡ ਹੀਰੋ ਇੱਧਰ ਆਓ ਨਿੱਕੇ ਬਾਹਰ ਆਓ ਨਾ ਯਾਰ ਫੁੱਲ ਤੋੜੀ ਦਾ ਨਹੀਂ ਹੈ ਤੈਨੂੰ ਰੋਟੀ ਕੌਣ ਲੱਭੀ ਕੌਣ ਲੱਭੀ ਰੋਟੀ ਕੌਣ ਹੀ ਦਿੱਤੀ ਅਮਨ ਰੋਟੀ ਚੱਲ ਸਹੀ ਹੈ ਛੱਡ ਦੇ ਤੈਨੂੰ ਨਹੀਂ ਛੱਡਣਾ ਕਿਉਂ ਨਹੀਂ ਛੱਡਣਾ ਛੱਡ ਔਰ ਗੰਦੀ ਸ਼ਿਟ ਸ਼ਿਟ ਯਾ ਪਤਾ ਨਹੀਂ ਕੋਈ ਨਾ
तेरी फिल्म को नहीं, बिल्कुल नहीं बनती भाई। नाइस और वे बेबी नाइस है। मासी इधर हो, बह ना सीधा हो, बह यार, इधर आना तो कितने करूँ जाना ना। और जबरदस्त बड़ी बनती पी इंज लगे फिल्म नहीं हली बन रही इन्होंने खुश कर रहे हैं सारे रल मिल के बहो बाकी बहो ना आ जाओ बेबी की ना आई निशा देखो क्या नाम है निशा अमजद आज गुजरात से ना ओह नाइस है इधर देख निशा तस्वीर मत गुड वेरी गुड आई एम नी वेरी गुड क्या ਤੁਹਾਡੀ ਦੋਵਾਂ ਦੀ ਗੋਲੀ ਬਣਦੀ ਹੈ ਮੈਂ ਫਟ ਮਾਰ ਪਾਣ ਉਹ ਦੋ ਮਿੰਟਾਂ ਬਣਾ ਲੈ ਆਹ 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 ਹੈ ਮਾਸੀ ਕੋ ਦਿਓ ਨਾ ਸਲਾਮ ਦੁਆ ਕਿਸੇ ਨੂੰ ਅੱਛਾ ਅਮਰ ਨੂੰ ਜਵੇਦ ਨੂੰ ਤੂੰ ਬੋਲ ਕੋਈ ਚੌਧਰੀ तेरे भी रिश्तेदार रहते इंग्लैंड तू भी सलाम दुआ दे वालेकुम सलाम आ गया बाहर में नहीं
ਇਧਰ ਭਾਈ ਜਾਨ ਨਾ ਤੂੰ ਦੱਸ ਨਿੱਕਿਆ ਐ ਜੇ ਅਸਲ ਚੌਧਰੀ ਤੇ ਅਦਰ ਮੂੰਹ ਕਰੀ ਨਾ ਕਿੰਨੀ ਕਲਾਸ ਪੜ੍ਹਨਾ ਦੱਸ ਨਾ ਆਪਣਾ ਨਾਂ ਦੱਸ ਨਾ ਚੱਲ ਤੇਰੀ ਕਟਮ ਵਿੱਚ ਫਿਲਮ ਚਲੋ ਉਧਰ ਨਿੱਕੀ ਕਿੱਧਰ ਗਈ ਉਹ ਬੈਠੀ ਕੱਪੜੇ ਔਰੇਂਜ ਹੋਣੇ ਪਾਏ ਪਤਾ ਨਹੀਂ ਚੱਲੇ ਆਲੀਆ ਪਿੱਛੋਂ ਤੇਰੀ ਬਣੀ ਫਿਲਮ ਇੱਧਰ ਮੂੰਹ ਕਰ ਉਹ ਥੀ ਲੈ ਛਾਲ ਮਾਰ ਬੰਦੀ ਜੀ ਬਈ ਉਹ ਪਿੱਛੇ ਛਾਲਾ ਮਾਰਦੀ ਵੀ ਬੈਠਦੀ ਤੇ ਵੇਖ ਵੀ ਲੈ ਦਾਦੇ ਪੁੱਤ ਗੱਲ ਸੁਣੋ ਮਾਈਆ ਉੱਥੇ ਜਾ ਕੇ ਤੇਰੀਆਂ ਇਸ਼ਤਾਨੀਆਂ ਦਾ ਪਤਾ ਲੱਗੇਗਾ ਚੱਲ ਕੇ ਹੁਣ ਕਿਉਂ ਖਲੋ ਗਿਆ ਕੋ ਨੀ ਬਣਦੀ ਵੀ ਮੈਂ ਬੰਦ ਕਰ ਸੜੀਏ ਘੁੰਮੀ ਆ ਕੋ ਨੀ ਬਣ ਰਹੀ ਮੈਂ ਕਿਹਾ ਕੋਈ ਬਣ ਰਹੀ ਤੂੰ ਵੈਰੀ ਗੁੱਡ ਸਾਰੀਆਂ ਸ਼ਿਕਾਇਤਾਂ ਤੇਰੇ ਡੈਡ ਨੂੰ ਲੱਭਣੀਆਂ ਨੇ ਉੱਥੇ ਚੱਲ ਕੋਨੀ ਲੱਭਣੀਆਂ ਬਣ ਰਹੀ ਏ ਆਂਦਾ ਕੋਨੀ ਬਣਦੀ ਬਈ ਲੈਟ ਵੈਲਕਮ ਹੋਰ ਕੀ ਹੋ ਰਿਹਾ ਕੰਮ ਕੰਮ ਦੱਸਣਾ ਚਲੋ ਬਹੁਤ ਯਾਰ ਸਾਰੇ ਬਹੁਤ ਬਹੁਤ ਯਾਰ ਤੁਸੀਂ ਦੋ ਮਿੰਟ ਚੌਧਰੀ ਮੰਮੀ ਨਾ ਇੱਥੇ ਚੌਧਰੀ ਦੋ ਮਿੰਟ ਸਿਰਫ ਬਹਿ ਜਾ ਰੋਟੀ ਨਾ ਬਿਸ਼ਕ ਖਾਈ ਕਿੱਧਰ ਗਈ ਉਹ ਬਾਅਦ ਵਿੱਚ
ਸ਼ਬਾਨਾ ਬਾਬੂ 2 ਮਿੰਟ ਬਹਿ ਜਾ, ਸਿਰਫ 2 ਮਿੰਟ ਸਿਰਫ ਬਹਿ ਜਾ, ਫਿਰ ਉੱਠ ਜਾਈ ਗਜ਼ਾਲ ਨਾਲ ਬਹਿ ਜਾ ਕੇ। ਮੁਰਗੀ ਚੂਸ ਨਾਨੀ ਕੋਲ ਬਹਿ। ਉਹਨੂੰ ਬੁਲਾ, ਹੁਣ ਨਿੱਕੀ ਨੂੰ ਕਿਧਰ ਗਈ ਮਾਮੂ ਹੈ ਮੇਰਾ ਫਿਰ ਆਲੀਆ ਮਾਮੂ ਜੀ ਨੂੰ ਨੀ ਮਾਰੀਦਾ। ਮਾਸੀ ਦੀ ਬੰਦੀ ਕੱਪੜੇ ਲਾਏ ਨੇ ਮਾੜੀ ਹੋਈ ਮਾਮਾ ਕਿਧਰ ਗਈ ਸੀ? ਮਾਮਾ ਤਾਂ ਆਖਦੀ ਸਵੇਰੇ ਆਉਣ ਦੇ, ਮੈਂ ਕਿਹਾ ਅਜੇ ਨੀ ਤੇ 12 ਵਜੇ ਦੀ ਰੋਟੀ ਮੈਂ ਨਹੀਂ ਜਾਣਾ।
ਭਈਆ ਲੀਨਾ ਕੇ ਸਾਥ ਖੜੀ ਹੋਏ ਅਗਲੀ ਵਾਰ ਜਦ ਮੈਂ ਆਉਣਾ ਨਾ ਉਹਨੇ ਵੱਡਿਆ ਸਾਰਾ ਆਇਆ ਅੱਲਾ ਹੋਰ ਕੋ ਦਿੱਤਾ ਹੋਣਾ ਆਪਣੇ ਮਾਮੂ ਚਾਚਿਆਂ ਨਾਲ ਬਿਜ਼ੀ ਹਾਂ ਠੀਕ ਹੈ ਹਾਂ ਆ ਲਿਆ ਮਾਰੀ ਤਾਂ ਨਹੀਂ ਹਰਿਆ ਨੇ ਆਪਣਾ ਚਾਚੀ ਦੇ ਲਈ ਨਾਲੇ ਅੱਲਾ ਪਾਕ ਖੈਰ ਕਰੇ ਬਾਂਧਿਆਂ ਦੀਆਂ ਜ਼ਿਮੀਆਂ ਤਾਂ ਮਿਲਦੀਆਂ ਨੇ ਸਾਥ ਜੇ ਜ਼ਿਮੀ ਨਾ ਪਾਓ ਤਾਂ ਵਿੱਚ ਦੱਬ ਜੰਮ ਜਾਏਗੀ ਅਤੇ ਜੇ ਸਾਕਾਂ ਨਾ ਮਿਲੋ ਤਾਂ ਉਹ ਵੀ ਖਤਮ ਉੱਥੇ ਦੁਕਾਨ ਤੇ ਗੋਲੀਆਂ ਹੁੰਦੀਆਂ ਜਾਂਦੀਆਂ ਨੇ ਨਾ ਤਾਂ ਤੱਲਾ ਦੀ ਤੋਂ ਹੋਰੀ ਤੱਕ ਛੜੀ ਤੈਨੂੰ ਮੰਗਾ ਇਹ ਹੀ ਹੈ ਵਿਹਲਾ ਹੋਰ ਸਾਰੇ ਲੱਗੇ ਫਰਹਾਨ ਪਰਦਾ ਖੁਮੀਰ ਹੈਦਰਾ ਹੈਦਰਾ ਜੇ ਮੂੰਹ ਤੇ ਨਿਕਾਲੋ ਜੇ ਅੱਲਾ ਤਾਲਾ ਦਾਣਾ ਲਿਖਿਆ ਨਾ ਕਿਸੇ ਦਾ ਬਾਬਾ ਕਿਸੇ ਕੋਲ ਘੱਟ ਨਹੀਂ ਹੁੰਦਾ ਹੈ ਉਹ ਖਾਣੇ ਹੀ ਖਾਣਾ ਉਹ ਨਾ ਅੱਖਾਂ ਦਾ ਨਾ ਪਾਣੀ ਬਸ ਵੀ ਸੁੱਤੀ ਤਾਂ ਬੋਤੋ ਬਿਨੇ ਹਾਂ ਨਾ ਨਾ ਬੋਤੋ ਵੀ ਤੂੰ ਠੀਕ ਹੈ ਤੁਸੀਂ ਚੰਗੇ ਬੰਦੇ ਬਸ ਮੈਂ ਨਾਸ਼ਤਾ ਨੁਸ਼ਤਾ ਕਰਨਾ ਜਰਾਮ ਜਦ ਕੰਮ ਕਰਨਾ ਬੜਾ ਸਹੀ ਐਕਸੀਡੈਂਟ ਹੋ ਗਿਆ
Look at me. ਸਾਰਾ ਸਮਾਨ ਆ ਇਹ ਬੈਡ ਤੇ ਇਹ ਅਲਮਾਰੀਆਂ ਅਲਮੂਰੀਆਂ ਤੇ ਸਾਰੇ ਉਹ ਜਿਹੜਾ ਬਾਹਰ ਪਏ ਆ ਮੇਜ਼ ਉਹ ਵੀ ਇੱਧਰ ਮੰਜੀਆਂ ਨੇ ਚਾਰ ਪੇਟੀਆਂ ਨੇ ਦੋ ਦੋ ਪੇਟੀਆਂ ਨੇ ਕਿਸੇ ਹੋਰ ਨੂੰ ਦੇ ਦੀ ਉੱਥੇ ਜਾ ਡੈਡੀ ਚਾਰ ਸੌ ਹਜ਼ਾਰ ਕਿੱਥੇ ਫਰੀ ਆਏ ਕੁੱਤਾ ਵੀ ਹੋਵੇ ਨਾ ਤੇ ਕਣਕ ਵੀ ਫਿਰ ਅਸੀਂ ਸਿੱਧੇ ਖਾਲੀ ਭਾਵੇਂ ਜਾਣਾ ਮਿੱਠਾ ਵੀ ਅਸੀਂ ਆ ਗਏ ਆਖਿਆ ਜਦੋਂ ਕਿਰੇ ਕਣਕ ਦਾਣੀ ਲੈ ਤੇ ਉੱਥੋਂ ਅਸੀਂ ਫਿਰ ਮਾਠਾ ਲਾ ਕੇ ਅਟਕ ਗਏ ਅਟਕ ਤੁਸੀਂ ਪਿੰਡੀ ਆਏ ਪਿੰਡੂ ਪਿੰਡੀ ਫਿਰ ਅਸੀਂ ਘਿਓ ਪਾ ਕੇ ਕੋਟ ਲਿਆ ਫਿਰ ਇਸ ਰਾਮ ਕਣਕ ਕਿਸ ਤਰ੍ਹਾਂ ਨਾਲ ਲਿਆ ਆ ਫਦਲ ਜਦੋਂ ਕਿਰੇ ਕਣਕ ਦਾਣੀ ਆ ਗਿਉ ਨਾ ਤੇ ਚਾਰ ਪੰਜ ਬੋਰੀ ਲਿਆਵਾਂਗਾ ਕਣਕ ਦੇਣ ਦੇ ਲਿਆਵਾਂਗਾ ਮੈਂ ਨਾ ਫੋਨ ਕਰਾਂ ਦੀ ਜਾ ਜਾ ਲਿਆ ਮੇਰਾ ਪੁੱਤਰ ਸਾਡੀ ਕਣਕ ਲੈ ਟੇਟ ਹੋ ਗਏ ਨਾ ਤੇ ਅੱਛਾ ਤੁਸੀਂ ਭੇਜ ਦੇਣਾ ਉੱਥੇ ਮੇਰੇ ਕੋਲ ਆਪਣੇ ਉੱਥੇ ਬਸ਼ਕਿਲਾ ਦੇ ਬੱਚੇ ਆ ਜਾਂਦੇ ਸੋ ਜਾਂਦੇ ਨੇ ਨਹੀਂ ਇਹ ਵੀ ਫਿਰ ਆਖਿਆ ਹੁਣ ਕਿਹੜਾ ਵੇਲਾ ਕੋਨੀ ਗਜ਼ਾਲਾ ਫੋਟੋ ਸਾਡੇ ਕੋਲ ਗਜ਼ਾਲਾ ਦੱਸਣੇ ਨੇ ਨਾ ਜਾ ਕੇ ਉੱਥੇ ਮੈਂ ਆਪੂ ਦੇਖ ਲੈਣੀ ਯਾਰ ਮੇਰਾ ਵੀ ਆਪ ਜਾ ਆ ਨਾ ਉਹ ਤੱਕੇ ਨਾ ਤੱਕੇ ਆਂਦਨੇ ਵੇਲੇ ਅਸੀਂ ਬੰਨੇ ਤੇ ਲਾ ਲੈਂਦੇ ਆਂ ਫਿਰ ਬੰਦੇ ਨੂੰ ਯਾਦ ਹੁੰਦਾ ਅਸੀਂ ਇੱਥੇ ਗਏ ਆਂ ਹਾਂ ਪਹਿਲਾਂ ਮੈਂ ਜਰਾ ਬਾੜ ਲੈਣਾ ਅੱਜ ਲੈ ਫਰਹਾਨ ਤੂੰ ਨਾਨੇ ਅੱਬੂ ਕੋਲ ਨੀ ਬਹਿਣਾ ਫਰਹਾਨ ਖਾਰਜਾ ਮੁਆਸ਼ੀ ਨਿਊਕਲੀਅਰ ਔਰ ਇਕਨੋਮਿਕ ਪਾਲਿਸੀ ਮੁਕੰਮਲ ਮੁਸ਼ਾਵਰਤ ਕੇ ਸਾਥ ਬਣਾਈ ਜਾਏਗੀ ਜਿਸ ਪਰ ਕਿਸੀ ਕੋ ਇਤਰਾਜ਼ ਨਹੀਂ ਹੋਗਾ ਔਰ ਵੋ ਜਲਦ ਨੈਸ਼ਨਲ ਸਿਕਿਉਰਿਟੀ ਬੀ ਸੀ ਸੀ ਦਾ ਤੁਸੀਂ ਇਹਦੇ ਨਾਲ ਬਹਿ ਜਾਣਾ
ਬਾਬੇ ਦੀ ਕਬਰ ਦਾ ਪਤਾ ਹੀ ਨਾਨੀ ਦੀ ਤੈਨੂੰ ਕੀ ਪਤਾ ਲੇਟ ਲਾੜੀ ਕਿਦਾਂ ਆਇਓ ਹੁਣ ਪਤਾ ਲੱਗਿਆ ਯਾ ਹਯੁਲ ਯਾ ਕਯੂਮ ਬਿਸਮ ਅੱਲਾਹ ਰਹਿਮਾਨ ਰਹੀਮ ਮੁਸਲਮਾਨੋ ਕਾ ਕਬਰਸਤਾਨ ਕਿਆ ਹੋਣ ਲੱਗਿਆ ਹਾਂ ਪਹਿਲੇ ਤਾਂ ਕੋਈ ਨਹੀਂ ਸੀ ਸਵਾਰ ਮੰਡੀ ਜ਼ਿਲ੍ਹਾ ਸਰਗੋਧਾ ਰਮੋਨ ਡੀਪੂ ਚਲ ਬਸ ਚਲ ਪਤਾ ਕੀ ਕਰੋ ਥੋੜਾ ਜਿਹਾ ਪਲੇਟ ਨੂੰ ਪਿਛਾ ਤੇ ਲਾਓ ਨਾ ਦੂਜੀ ਨੂੰ ਪਟੜੀ ਨੂੰ ਥੋੜਾ ਜਿਹਾ ਲਾਓ ਤੇ ਖੁੱਭ ਜਾਏਗੀ ਥੋੜਾ ਜਿਹਾ ਹੁਣ ਲਾਓ ਹਾਂ ਇੱਥੇ ਨਾਲ ਜੋੜ ਕੇ ਹੈਲੋ ਵੈਲਕਮ ਬਿਹਤਰੀਨ ਸੁਣਾਓ ਹੋਰ ਦਬਾ ਲਓ ਸ਼ਕ ਥੱਲੇ ਇੱਥੇ ਦੁਆ ਮੰਗੋ ਠੀਕ ਹੈ ਚੌਧਰੀ ਨਹੀਂ ਪੱਟ ਕੇ ਖੜਦਾ ਯਾਰ ਇਹ ਕਿਸੇ ਹਿਸਾਬ ਚ ਨਹੀਂ ਜਾਂਦੀ ਹਾਂ ਇਹ ਨਹੀਂ ਪਟੀਨੀ ਹੈ ਤੂੰ ਆ ਗਿਆ ਤੇਰੇ ਖੋਖਰਾਂ ਬਦਲੇ ਹੀ ਨਾ ਹੋਵੇ ਅਸੀਂ ਵੀ ਖੋਖਰ ਵੀ ਉਹ ਨਵੇਂ ਆਉਂਦੇ ਨੇ ਉਹ ਨਵੀਂ ਤੋਂ ਨਵੀਂ ਆਪਣੇ ਅੱਬੇ ਦੀ ਕਬਰ ਬਣਾ ਦਿੰਦੇ ਮਜ਼ਾਕ ਨਹੀਂ ਅੱਗੇ ਸਿੱਧੇ ਜਾਣ
ਸਰਗੋਦਾ ਜੀਓ ਨਿਊਜ਼ ਬਾਈ ਕਿਹੜੇ ਚਲੇ ਆ ਰਹੇ ਭਾਈ ਸਰਵਿਸ ਸਟੇਸ਼ਨ ਤੇ ਪਹਿਲੇ ਗੱਡੀ ਸਰਵਿਸ ਹੋਏਗੀ ਫਰਸ਼ ਵਗੈਰਾ ਆਲਟੀ ਸਾਰਾ ਇਹ ਸੀਟ ਕਿੱਥੇ ਗਈ ਆ ਇਹ ਸੀਟ ਭਾਈ ਜੀ ਵਰਕਸ਼ਾਪ 'ਚ ਛੱਡ ਆਇਆ ਉਸ ਤੋਂ ਬਾਅਦ ਇਹ ਕੰਪਲੀਟ ਹੋ ਰਹੀ ਹੈ ਸਾਰੀ ਨਾਈਸ ਹੋ ਰਹੀ ਹੈ ਕਵਰ ਤੇ ਚੜ ਰਹੇ ਆ ਕਵਰ ਚੜ ਰਹੇ ਨੇ ਜਪਾਨੀ ਸਾਰਾ ਕੁਝ ਇਹ ਸੀਟ ਸਾਡੀ ਨਹੀਂ ਇਹ ਕਿੱਦੀ ਆ ਇਹ ਗੱਡੀ ਉੱਥੇ ਵਰਕਸ਼ਾਪ 'ਚ ਚੁੱਕਣ ਦੀ ਹੈ ਆਪਣੀ ਉੱਥੇ ਲਾ ਆਏ ਆ 3300 ਰੁਪਏ ਲੱਗੇਗਾ ਕਹਿੰਦੇ ਚੂਹਾ ਮਰਿਆ ਚੂਹਾ ਚੂਹਾ ਪਿੱਛੇ ਥੱਲੇ ਕੋਟੇ ਉਹਦੇ ਚ ਲੱਗੇ ਕਿੱਦਾਂ ਇਹ ਐਂਜ ਦੀ ਬਣੀ ਹੈ ਇਹ ਚੀਜ਼ ਹੈ ਸਰਾਫ ਇਹਦੇ ਥੱਲੇ ਰਬੜ ਕੋਲੀ ਅੱਛਾ ਇਹ ਰਬੜ ਨਹੀਂ ਹੈਗੀ ਰਬੜ ਲੱਗੀ ਹੋਈ ਫਿਰ ਚੂਹਾ ਨਹੀਂ ਹੋਣ ਲੱਗਾ ਅੰਦਰ ਉਹ ਰਬੜ ਦੇ ਰਬੜ ਲੱਗ ਜਾਏਗੀ ਬੜੀ ਵਾਰੀ ਚਲਾਈ ਮਜੀਦ ਦਾ ਸਾਲਾ ਅੱਛਾ ਜੀ ਬਾਜੀ ਸਿਆਮਾ ਦਾ ਭਾਈ ਹੈਗਾ ਜਿਹੜੇ ਵਾਈਫ ਨੇ ਇਹਨਾਂ ਦੀ ਭਾਈ ਮਜੀਦ ਦੀ ਉਹਨਾਂ ਦੇ ਭਾਈ ਨੇ ਇਹ ਲੱਗਦਾ ਗੱਡੀ ਜਦੋਂ ਦੀ ਨਵੀਂ ਬਣੀ ਉਹ ਤੂੰ ਤੇ ਹੀ ਆਏਗੀ ਹੈ ਜੈਨੀਅਨ ਹੀ ਹਰ ਜਾ ਇੰਗਲੈਂਡ ਤੇ ਨਹੀਂ ਭੇਜਣੀਆਂ ਫੋਟੋਆਂ ਇਹ ਇੰਗਲੈਂਡ ਹੀ ਭਾਈ ਜਾਣੀ ਹੈ ਇਹ ਤੁਹਾਨੂੰ ਪਤਾ ਲਾ ਉਹ ਵੀ ਪਛਾਣ ਹੋਵੇ ਨਾ ਕਿ ਆਪਣੇ ਰਿਸ਼ਤੇਦਾਰ ਨੇ ਨਾ ਸਾਰੇ ਕੰਮ ਕਰ ਰਹੇ ਨੇ ਇਹ ਸਾਡਾ ਜਵਾਨ ਇੰਜ ਤਾਂ ਗੱਡੀ ਆਪ ਖੋਲ ਕੇ ਆਪ ਜੋੜ ਲੈਂਦਾ ਕੋਈ ਨਾ ਹੱਥ ਨਾਲ ਰੋਟੀ ਖਾਣ ਦਾ ਮਤਲਬ ਦੂਜੇ ਹੱਥ ਤੇ ਨਹੀਂ ਨਾ ਜੀ ਬਿਲਕੁਲ ਤ੍ਰੈ ਸ਼ੀਸ਼ੋ ਦਾ ਕਰ ਗਿਆ ਬਿਜਲੀ ਸਾਰੀ ਸੀਟ ਬੈਲ ਦੀ ਅੱਛਾ ਅੱਛਾ ਚਲੋ ਡਾਕਟਰ ਸਾਹਿਬ ਆ ਜਾਓ ਭਾਈ ਚਲੋ ਸਾਰੀ ਖੁੱਲ ਗਈ ਗੱਡੀ ਹੈ ਨਾ ਆਓ ਤੋ ਬੈਠੀ ਚਾਹ ਮੈਂ ਕੰਮ ਕਰਦਾ ਇੱਥੋਂ ਵੜ ਕੇ ਆਉਂਦੀ ਚੂਹਾ ਹੈ ਜੀ ਇਹਨਾਂ ਚ ਨਿਕਲ ਕੇ ਹੁੰਦੇ ਖੁੱਡਾਂ ਚ ਥੱਲੇ ਹੋਲੋ ਸੀ ਥੱਲੇ ਨਹੀਂ ਇੱਕ ਹੋਰ ਜਗ੍ਹਾ ਕੋਈ ਸੀਲ ਟੁੱਟੀ ਹੋਈ ਸੀ ਸਭ ਕੁਝ ਕੱਢਿਆ ਹੋਇਆ ਬਾਹਰ ਜੀ
ਛੱਤ ਸਾਫ ਕਰਨਾ ਹੈ, ਅੰਦਰ ਦਾ ਰੈਂਟਰ ਸਾਫ ਕਰਨਾ ਹੈ, ਦੋਏ ਗੱਤੇ ਚਾਰੇ ਸਾਫ ਕਰਨੇ ਵਾਲੇ ਪੋਸ਼ਾ ਡੈਸ਼ਬੋਰਡ ਇਹ ਸਾਰੇ ਡੰਗ ਤੇ ਕਰਨਾ ਹੈ। ਇੰਤੇ ਖਰਚਾ ਜੀ ਸਾਡੇ ਕੀ ਪੈਸੇ ਨਹੀਂ ਨੇ ਤੁਸੀਂ ਕਿਉਂ ਨਹੀਂ ਹੈ ਉਹ ਤੁਸੀਂ ਟੈਨਸ਼ਨ ਨਹੀਂ ਲੈਣ ਦੋ ਉਸ ਦੰਦ ਦਾ ਨਹੀਂ ਦਾ ਉੱਥੇ ਹੁੰਦਾ ਦਿੱਲੀ ਕੋਲ ਵੀ ਜੇ ਆਪੋ ਇਹ ਅੰਦਰ ਕੱਟ ਚਾਹੁੰਦੇ ਜੇ ਦੂਸਰੇ ਬਾਈ ਕਿਸੇ ਖਾਤੇ ਨੀ ਲੱਗਣ ਲੈ ਫਿਰ ਜਾਣ ਦਿਓ ਭਾਈ ਡ
ਦਿਓ ਪੀ ਰਹੇ ਹੋ ਜਾਂ ਦੂਜੀ ਦੁੱਧ ਮਲਾਈ ਪੀਂਦੇ ਹੋ ਬਈ? ਯੋ ਨਿਊਜ਼ ਪੇ ਖਬਰ ਤਾਜ਼ਾ ਤਰੀਨ ਆਜ ਦੋ ਹੈ ਮਾਨਤ ਔਰ ਇਮਰਾਨ ਦੋਨੋਂ ਡੀ ਓ ਪੀ ਨੇ ਮਸਰੂਫ ਜ਼ਿਲ੍ਹਾ ਸਰਗੋਧਾ ਇਸਕਲਾਬਾਦ ਕਲੋਨੀ ਮੇ ਤਸ਼ਰੀਫ ਲਾ ਚੁੱਕੇ ਹੈ ਯੇ ਬੋਤਲ ਪੀਨੇ ਮੇ ਮਸਰੂਫ ਇਮਰਾਨ ਸੁਣਾਓ ਜੀ ਕਿੰਨਾ ਟਾਈਮ ਲੱਗਾ ਜੀ ਇਹਦੇ ਤੇ? ਗੱਡੀ ਤਾਂ ਤੁਹਾਡੀ ਲੱਗ ਗਿਆ ਘੰਟਾ ਡੇਢ, ਗੱਡੀ ਵੀ ਬੁੱਲ ਬੁੱਲ ਬਣ ਗਈ ਇਹਦੇ। ਵਿੱਚੋਂ ਖੋਸ ਵਿੱਚੋਂ ਫਰਸ਼ਾਂ 'ਚ ਪਾਣੀ ਚੁੱਕ ਲਿਆ ਵਿੱਚ ਪਾਣੀ ਚੁੱਕ ਲਿਆ ਬੜੀ ਮਿਹਨਤ ਵੀ ਭਾਈ ਬੜੀ ਕੀਤੀ ਮੇਰੇ ਹਿਸਾਬ ਚੋਂ ਹੁੰਦਾ ਤੇ ਉਹਨੇ ਲੱਗ ਰਿਹਾ ਮੈਂ ਬਿਹਤਰੀਨ ਹੈ ਸੋਹਣਾ ਕਲੀਨ ਹੋ ਗਿਆ ਪਸੀਨਾ ਤਾਂ ਹਲਕ ਲੱਗਿਆ ਪਰ ਗੱਡੀ ਬੁੱਲ ਬੁੱਲ ਬਣਾ ਦੀ ਸੀ ਕਿਹੜੇ ਚੰਗੇ ਨੇ ਡਾਇਮੰਡ ਤੂੰ ਦੱਸ ਕੱਢੀ ਵੇਖੀ ਕੋਈ ਘਰ ਚ ਲਾਣੀ ਰੱਖਣਾ ਘਰ ਚ ਰਹਿਣੀ ਹੈ ਦਸ ਸਾਲ।